ਇਹ ਉਪਰਾਲਾ ਹੋਇਆ ਆ, ਅਗਰ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣ ਤਾਂ ਜਿਹੜੀ ਸਾਡੀ ਸੰਸਕ੍ਰਿਤਿਕ ਸੱਭਿਅਤਾ ਆ, ਸੱਭਿਅਤਾ ਤੋਂ ਅਸੀਂ ਕਿਤੇ ਨਾ ਕਿਤੇ ਜਿਹੜਾ ਦੂਰ ਭੱਜ ਰਹੇ ਹਾਂ, ਉਹ ਆਪਾਂ ਵਾਪਸ ਆ ਜਾਵਾਂਗੇ। ਮੇਰਾ ਵਿਆਹ ਤੋਂ ਬਾਅਦ ਪਹਿਲਾ ਤਿਉਹਾਰ ਹੈ ਤੀਆਂ ਦਾ, ਅਤੇ ਮੈਨੂੰ ਦੇਖ ਕੇ ਬਹੁਤ ਹੀ ਮਜ਼ਾ ਆਇਆ ਕਿ ਇਸ ਤਰ੍ਹਾਂ ਤਿਉਹਾਰ ਮਨਾਇਆ ਜਾਂਦਾ। ਬਹੁਤ ਵਧੀਆ ਲੱਗਾ, ਅਸੀਂ ਸ਼ਿੰਗਾਰ ਟ੍ਰੇਨਿੰਗ ਸੈਂਟਰ ਤੋਂ ਅਸੀਂ ਅੱਜ ਤੀਆਂ ਦਾ ਮੇਲਾ ਇੱਥੇ ਮਨਾਉਣ ਆਏ ਹਾਂ, ਜੋ ਕਿ ਸਾਨੂੰ ਬਹੁਤ ਵਧੀਆ ਲੱਗਿਆ। ਇੱਦਾਂ ਦੇ ਮੇਲੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਕਿ ਸਾਡੇ ਨੌਜਵਾਨ ਪੀੜ੍ਹੀ ਨੂੰ ਪਤਾ ਚੱਲੇ ਕਿ ਸਾਡਾ ਪੰਜਾਬੀ ਵਿਰਸਾ ਕਿੰਨਾ ਅਮੀਰ ਹੈਗਾ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ, ਮੈਂ ਸਰਬਜੀਤ ਕੌਰ। ਜਿਹੜੀ ਕਿ ਗੱਲ ਤੁਸੀਂ ਸਰ ਕੀਤੀ ਆ, ਬਿਲਕੁਲ ਠੀਕ ਕੀਤੀ ਆ ਕਿ ਜਿਹੜਾ ਸਾਡੇ ਕਲਚਰ ਹੈ ਨਾ, ਆਪਾਂ ਕਿਤੇ ਨਾ ਕਿਤੇ ਉਹ ਵੈਸਟਰਨ ਵੱਲ ਜਿਹੜੇ ਆ ਉਹ ਅਗਰਸਰ ਹੋ ਰਹੇ ਹਾਂ। ਕੀ ਹੁੰਦਾ ਹੈ ਕਿ ਬਿਲਕੁਲ ਅਸੀਂ ਜਿੱਦਾਂ ਗਰਮੀ ਆ, ਹੁਣ ਜਿੱਦਾਂ ਮੇਰੇ ਕੋਲ ਵੀ ਗਰਮੀ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਸਾਨੂੰ ਜਿਹੜਾ ਆ ਉਹ ਏਸੀਆਂ ਦੀ ਆਦਤ ਪੈ ਗਈ ਹੋਈ ਹੈ। ਬਟ ਅੱਜ ਜਿਹੜਾ ਆ ਵੂਮੈਨ ਵੈਲਫੇਅਰ ਸੁਸਾਇਟੀ ਦੇ ਆਸ਼ਾ ਭਗਤ ਮੈਮ ਹੈ, ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ। ਔਰ ਜਿਹੜਾ ਤੀਜ ਦਾ ਤਿਉਹਾਰ ਹੈ, ਮਤਲਬ ਇਹਦੇ ਵਿੱਚ ਸਾਵਣ ਜਿਹੜਾ ਆ, ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਹ ਜਿਹੜਾ ਤਿਉਹਾਰ ਹੈ ਜਦੋਂ ਸਾਉਣ ਦਾ ਮਹੀਨਾ ਆਉਂਦਾ, ਇਹਦੇ ਵਿੱਚ ਕੁੜੀਆਂ ਜਿਹੜੀਆਂ ਆ ਆਪਣੇ ਪੇਕੇ ਜਾ ਕੇ ਸਾਉਣ ਦਾ ਮਹੀਨਾ ਕੱਟਦੀਆਂ ਆ। ਸੋ ਇਹ ਜਿਹੜਾ ਤਿਉਹਾਰ ਮੈਂ ਕਹਾਂਗੇ ਕਿ ਜਿੱਦਾਂ ਇਹ ਉਪਰਾਲਾ ਹੋਇਆ ਆ, ਅਗਰ ਇਸ ਤਰ੍ਹਾਂ ਦੇ ਉਪਰਾਲੇ ਹੁੰਦੇ ਰਹਿਣ ਤਾਂ ਜਿਹੜੀ ਸਾਡੀ ਸੰਸਕ੍ਰਿਤਿਕ ਸੱਭਿਅਤਾ ਆ, ਸੱਭਿਅਤਾ ਤੋਂ ਅਸੀਂ ਕਿਤੇ ਨਾ ਕਿਤੇ ਜਿਹੜਾ ਦੂਰ ਭੱਜ ਰਹੇ ਹਾਂ, ਉਹ ਆਪਾਂ ਵਾਪਸ ਆ ਜਾਵਾਂਗੇ। ਸਰ ਧੀਆਂ ਦੇ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਇੰਪੋਰਟੈਂਟ ਜਿਹੜਾ ਆ ਉਹ ਇਹ ਹੈ ਕਿ ਜਦੋਂ ਕਿਤੇ ਵੀ ਆਪਾਂ, ਮਤਲਬ ਜਿੱਦਾਂ ਕੁੜੀਆਂ ਆਪਣੇ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਚਲ ਜਾਂਦੀਆਂ ਆ, ਅਤੇ ਕਈ ਵਾਰੀ ਕਿਹਾ ਜਾਂਦਾ ਹੈ ਜੀ ਨਹੀਂ ਕਿ ਹੁਣ ਅੱਜ ਕੱਲ੍ਹ ਟਾਈਮ ਨਹੀਂ ਹੈਗਾ ਜੀ ਜਿੰਨਾ ਕੁ ਜਾਣ ਦਾ। ਮੈਨੂੰ ਲੱਗਦਾ ਜਿਹੜਾ ਸਾਉਣ ਦਾ ਮਹੀਨਾ ਆ, ਇਹਦੇ ਵਿੱਚ ਕੁੜੀਆਂ ਨੂੰ ਇੱਕ ਮੌਕਾ ਵੀ ਮਿਲ ਜਾਂਦਾ ਇੱਕ ਮਹੀਨਾ ਜਾ ਕੇ ਆਪਣੇ ਘਰ ਜਿਹੜਾ ਆ ਉਹ ਰਹਿਣ ਦਾ। ਅੱਜ ਮੈਂ ਪਹਿਲੀ ਵਾਰ ਤੀਆਂ ਦਾ ਤਿਉਹਾਰ ਦੇਖਿਆ ਮਨਾਇਆ, ਅੱਜ ਮੇਰਾ ਵਿਆਹ ਤੋਂ ਬਾਅਦ ਪਹਿਲਾ ਤਿਉਹਾਰ ਹੈ ਤੀਆਂ ਦਾ, ਅਤੇ ਮੈਨੂੰ ਦੇਖ ਕੇ ਬਹੁਤ ਹੀ ਮਜ਼ਾ ਆਇਆ ਕਿ ਇਸ ਤਰ੍ਹਾਂ ਤਿਉਹਾਰ ਮਨਾਇਆ ਜਾਂਦਾ। ਮੈਂ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਕਹਿਣਾ ਚਾਹਾਂਗੀ ਕਿ ਉਹ ਵੀ ਵੈਸਟਰਨ ਕਲਚਰ ਨੂੰ ਛੱਡ ਕੇ ਆਪਣੇ ਪੰਜਾਬੀ ਕਲਚਰ ਨੂੰ ਅਪਣਾਉਣ, ਜਿਸ ਤਰ੍ਹਾਂ ਕਿ ਪੰਜਾਬੀ ਕਲਚਰ 'ਚ ਕਿੱਡੇ ਸੋਹਣੇ ਗਹਿਣੇ ਹੁੰਦੇ ਹੈ, ਪਰਾਂਦਾ ਹੁੰਦਾ, ਅਤੇ ਇੰਨਾ ਸੋਹਣਾ ਲੱਗਦਾ ਬੰਦਾ ਪਾਏ ਦਾ। ਇਸ ਕਰਕੇ ਸਭ ਨੂੰ ਪੰਜਾਬੀ ਕਲਚਰ ਅਪਣਾਉਣਾ ਚਾਹੀਦਾ ਅਤੇ ਵੱਧ ਤੋਂ ਵੱਧ ਇਹੋ ਜਿਹੇ ਤਿਉਹਾਰ ਮਨਾਉਣੇ ਚਾਹੀਦੇ ਨੇ। ਇਸ ਤਰ੍ਹਾਂ ਲੋਕ ਪਹਿਲਾਂ ਮਨਾਉਂਦੇ ਸੀ ਤੀਜ, ਉਹ ਸਭ ਤੋਂ ਵਧੀਆ ਸੀ ਕਿਉਂਕਿ ਪੇੜਾਂ ਦੇ ਨੀਚੇ ਲਾ ਕੇ ਪਿੰਗਾਂ ਲੱਗਦੀਆਂ ਸੀ, ਅੱਜ ਕੱਲ੍ਹ ਹੋਟਲ 'ਚ ਅਤੇ ਆਰਟੀਫਿਸ਼ਲ ਸਭ ਚੀਜ਼ਾਂ ਹੋ ਗਈਆਂ, ਅਤੇ ਇਸ ਕਰਕੇ ਮਤਲਬ ਪੇੜਾਂ ਦੇ ਨੀਚੇ ਜੋ ਵੀ ਹੈ ਉਹ ਉਸ ਤਰ੍ਹਾਂ ਮਨਾਉਣਾ ਚਾਹੀਦੀ ਤੀਜ। ਬਹੁਤ ਵਧੀਆ ਲੱਗਾ, ਅਸੀਂ ਸ਼ਿੰਗਾਰ ਟ੍ਰੇਨਿੰਗ ਸੈਂਟਰ ਤੋਂ ਅਸੀਂ ਅੱਜ ਤੀਆਂ ਦਾ ਮੇਲਾ ਇੱਥੇ ਮਨਾਉਣ ਆਏ ਹਾਂ, ਜੋ ਕਿ ਸਾਨੂੰ ਬਹੁਤ ਵਧੀਆ ਲੱਗਿਆ। ਇਸ ਵਿੱਚ ਸਾਨੂੰ ਆਪਣਾ ਕਲਚਰ ਦਾ ਪਤਾ ਲੱਗਾ ਕਿ ਸਾਡਾ ਪੰਜਾਬੀ ਵਿਰਸਾ ਕਿੱਧਰ ਨੂੰ ਜਾ ਰਿਹਾ, ਨੌਜਵਾਨ ਪੀੜ੍ਹੀ ਅੱਜ ਕੱਲ੍ਹ ਕਿਸੇ ਹੋਰ ਹੀ ਪਾਸੇ ਜਾ ਰਹੀ ਹੈ, ਅਤੇ ਸਾਨੂੰ ਜਿਹੜੇ ਪੰਜਾਬੀ ਵਿਰਸਾ ਹੈਗਾ ਉਹਦੇ ਬਾਰੇ ਸਾਨੂੰ ਪਤਾ ਲੱਗਾ, ਅਤੇ ਅਸੀਂ ਉਹਦੇ ਇਸ ਨਾਲ ਜੁੜੇ, ਅਸੀਂ ਬਹੁਤ ਇੰਜੋਏ ਕੀਤਾ ਇੱਥੇ ਆ ਕੇ। ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਪੂਰੀ ਤਰੀਕੇ ਨਾਲ ਦੇਖਿਆ ਕਿ ਕਿਸ ਤਰ੍ਹਾਂ ਕੋਈ ਆਉਂਦਾ ਸੀਗਾ ਅਤੇ ਉਹਨਾਂ ਦਾ ਜੀ ਆਇਆਂ ਨੂੰ ਕਿੱਦਾਂ ਕੀਤਾ ਜਾਂਦਾ ਸੀ, ਤੇਲ ਚੋਇਆ ਜਾਂਦਾ ਸੀਗਾ, ਠੁੱਟੀ ਦਿੱਤੀ ਜਾਂਦੀ ਸੀ ਸਗਨ 'ਚ, ਸਗਨ ਪਾਇਆ ਜਾਂਦਾ ਸੀਗਾ, ਹੋਰ ਕਿੱਦਾਂ ਉਹਨਾਂ ਦਾ ਸਵਾਗਤ ਕੀਤਾ, ਅਤੇ ਮੇਲਾ ਕਿੱਦਾਂ ਮਨਾਇਆ, ਸਾਵਣ ਦਾ ਗਿੱਧਾ ਪਾਇਆ, ਸਾਰਿਆਂ ਨੇ ਗੱਲਾਂ ਬਾਤਾਂ ਕੀਤੀਆਂ, ਆਪਣੀਆਂ ਚਰਖਾ ਕਿੱਦਾਂ ਕੱਤਦੀਆਂ ਆ, ਸਭ ਕੁਝ ਦੱਸਿਆ ਗਿਆ ਕਿ ਸਾਡਾ ਇੱਦਾਂ ਦੇ ਮੇਲੇ ਹੁੰਦੇ ਰਹਿਣੇ ਚਾਹੀਦੇ ਆ ਤਾਂ ਕਿ ਸਾਡੇ ਨੌਜਵਾਨ ਪੀੜ੍ਹੀ ਨੂੰ ਪਤਾ ਚੱਲੇ ਕਿ ਸਾਡਾ ਪੰਜਾਬੀ ਵਿਰਸਾ ਕਿੰਨਾ ਅਮੀਰ ਹੈਗਾ ਆ।